ਇਹ ਕਹਾਣੀ ਆਇਸ਼ਾ ਅਤੇ ਰੋਹਨ ਪਟੇਲ ਦੀ ਹੈ। ਆਇਸ਼ਾ ਪਟੇਲ ਨੇ ਓਪਰੇਸ਼ਨ ਦੀ ਮਦਦ ਨਾਲ ਆਪਣਾ ਲਿੰਗ ਪਰਿਵਰਤਨ ਕਰਵਾਇਆ ਅਤੇ ਫਿਰ ਰੋਹਨ ਨਾਲ ਵਿਆਹ ਕਰਵਾ ਲਿਆ। ਹੁਣ ਦੋਵੇਂ ਸੂਰਤ ਵਿੱਚ ਇੱਕ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। મારું નામ આયશા પટેલ છે અને હું મુંબઈથી છું પણ હમણાં બેસી મેં મુંબઈ તો 2017 વિચ મેં રોહનનું મિલી અને સાનુ એક દૂજેનાલ પ્યાર હો ગયા ઉસે સાલ સાડા વ્યાહ હો ગયા અને હુણ અસી સુરત વિચ એક ખુશહાલ જીવન જી રહે હા રોહન બહોત દેખભાલ કરન વાલે અને સહયોગ દેન વાલે ને અને અત્યારે અમે લોકો અમારું લગ્ન જીવન બહુ સુખી થી ગાળી રહ્યા છીએ। ਅਸੀਂ ਇੱਕ ਦੂਜੇ ਨੂੰ ਫੇਸਬੁੱਕ ਤੇ ਮਿਲੇ ਸੀ। ਸ਼ੁਰੂ ਵਿੱਚ ਅਸੀਂ ਚੰਗੇ ਦੋਸਤ ਸੀ। ਜਦੋਂ ਮੇਰੀ ਪਤਨੀ ਨੇ ਮੈਨੂੰ ਤਲਾਕ ਦੇ ਦਿੱਤਾ ਤਾਂ ਮੇਰੇ ਅੰਦਰ ਉਹਨਾਂ ਲਈ ਭਾਵਨਾਵਾਂ ਪੈਦਾ ਹੋਣ ਲੱਗ ਪਈਆਂ। ਇੱਕ ਦਿਨ ਮੈਂ ਆਇਸ਼ਾ ਨੂੰ ਕਿਹਾ ਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਅਤੇ ਉਹਨਾਂ ਨਾਲ ਵਿਆਹ ਕਰਵਾਉਣਾ ਚਾਹੁੰਦਾ। ਸ਼ੁਰੂ ਵਿੱਚ ਉਹ ਇਸ ਲਈ ਤਿਆਰ ਨਹੀਂ ਸਨ, ਪਰ ਬਹੁਤ ਮਨਾਉਣ ਤੋਂ ਬਾਅਦ ਉਹਨਾਂ ਨੇ ਮੇਰੇ ਪਿਆਰ ਨੂੰ ਸਵੀਕਾਰ ਕਰ ਲਿਆ ਅਤੇ ਵਿਆਹ ਲਈ ਹਾਮੀ ਭਰ ਦਿੱਤੀ। ਲਿੰਗ ਪਰਿਵਰਤਨ ਓਪਰੇਸ਼ਨ ਤੋਂ ਪਹਿਲਾਂ ਆਇਸ਼ਾ ਇੱਕ ਪੁਰਸ਼ ਸਨ ਅਤੇ ਉਹਨਾਂ ਨੇ ਆਪਣੇ ਸਮਾਜ ਦੀ ਕੁੜੀ ਨਾਲ ਵਿਆਹ ਵੀ ਕਰਵਾਇਆ ਸੀ। ਵਿਆਹ ਤੋਂ ਬਾਅਦ ਹੀ ਉਹਨਾਂ ਨੇ ਆਪਣੀ ਪਤਨੀ ਨੂੰ ਸਭ ਕੁਝ ਦੱਸ ਦਿੱਤਾ, ਜਿਸ ਤੋਂ ਬਾਅਦ ਦੋਵੇਂ ਆਪਸੀ ਸਹਿਮਤੀ ਨਾਲ ਵੱਖ ਹੋ ਗਏ। ਮੇਰੇ ਪਰਿਵਾਰ ਨੇ ਮੈਨੂੰ ਵਿਆਹ ਲਈ ਮਜਬੂਰ ਕੀਤਾ ਸੀ। ਸਾਡਾ ਤਲਾਕ ਹੋ ਗਿਆ ਅਤੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਕਿ ਮੇਰਾ ਮਨ ਇੱਕ ਔਰਤ ਦਾ ਹੈ। ਉਹਨਾਂ ਨੇ ਮੈਨੂੰ ਮੇਰੇ ਇਸ ਰੂਪ ਨਾਲ ਸਵੀਕਾਰ ਕਰ ਲਿਆ। ਮੈਂ ਸਮਲਿੰਗੀ ਭਾਵ ਗੇ ਨਹੀਂ ਹਾਂ। ਆਇਸ਼ਾ ਅਤੇ ਮੈਂ ਸਿਰਫ ਦੋਸਤ ਸੀ, ਪਰ ਸਮੇਂ ਦੇ ਨਾਲ ਨਾਲ ਮੇਰੇ ਅੰਦਰ ਉਹਨਾਂ ਲਈ ਭਾਵਨਾਵਾਂ ਪੈਦਾ ਹੋ ਗਈਆਂ। ਮੈਂ ਆਇਸ਼ਾ ਨਾਲ ਬਹੁਤ ਖੁਸ਼ ਹਾਂ ਅਤੇ ਮੈਨੂੰ ਸਮਲਿੰਗੀ ਸੰਬੰਧਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਅਸੀਂ ਦੋਵੇਂ ਇਕੱਠੇ ਰਹਿ ਰਹੇ ਹਾਂ ਅਤੇ ਸਾਡੇ ਦੋਵਾਂ ਲਈ ਇਹ ਕਾਫੀ ਹੈ। ਆਇਸ਼ਾ ਦਾ ਲਿੰਗ ਪਰਿਵਰਤਨ ਓਪਰੇਸ਼ਨ 2 ਸਾਲਾਂ ਤੱਕ ਚੱਲਦਾ ਰਿਹਾ। ਇਸ ਦੇ ਲਈ ਆਇਸ਼ਾ ਨੂੰ 20 ਲੱਖ ਰੁਪਏ ਖਰਚ ਕਰਨੇ ਪਏ। ਮੈਨੂੰ 10 ਵੱਖ-ਵੱਖ ਤਰ੍ਹਾਂ ਦੇ ਓਪਰੇਸ਼ਨ ਕਰਵਾਉਣੇ ਪਏ। ਡਾਕਟਰਾਂ ਨੇ ਮੇਰੇ ਚਿਹਰੇ ਦਾ ਓਪਰੇਸ਼ਨ ਕੀਤਾ, ਬਾਅਦ ਵਿੱਚ ਬ੍ਰੈਸਟ ਇੰਪਲਾਂਟ ਅਤੇ ਸੈਕਸ ਚੇਂਜ ਲਈ ਓਪਰੇਸ਼ਨ ਕੀਤਾ ਗਿਆ। ਇਸ ਸਭ ਦੇ ਲਈ ਮੈਨੂੰ 20 ਲੱਖ ਰੁਪਏ ਖਰਚ ਕਰਨੇ ਪਏ। ਟ੍ਰਾਂਸਜੈਂਡਰ ਮੈਟੇ ਅਮਾਰੇ ਐਲੀਗੈਂਸ ਕਲੀਨਿਕ ਮਾਂ ਮੈਂ ਰੂਟੀਨ ਸਿਰਫ ਬ੍ਰੈਸਟ ਇੰਪਲਾਂਟ ਅਤੇ ਲਿੰਗ ਪਰਿਵਰਤਨ ਆਪਰੇਸ਼ਨ ਹੀ ਕਾਫੀ ਨਹੀਂ ਹੁੰਦਾ, ਸਾਨੂੰ ਵਾਲ ਟ੍ਰਾਂਸਪਲਾਂਟ ਸਰਜਰੀ ਕਰਵਾਉਣੀ ਪੈਂਦੀ ਹੈ। ਇਹ ਇਸ ਲਈ ਹੈ ਕਿਉਂਕਿ ਮਰਦਾਂ ਅਤੇ ਔਰਤਾਂ ਦੀ ਖੋਪੜੀ ਦੀ ਚਮੜੀ ਵੱਖੋ ਵੱਖਰੀ ਹੁੰਦੀ ਹੈ। ਮਰਦਾਂ ਦੀ ਖੋਪੜੀ ਉੱਪਰ ਵੱਲ ਹੁੰਦੀ ਹੈ ਜਦਕਿ ਔਰਤਾਂ ਦੀ ਹੇਠਾਂ ਵੱਲ ਹੁੰਦੀ ਹੈ। ਇਸ ਨੂੰ ਬਦਲਣ ਲਈ ਸਾਨੂੰ ਪਲਾਸਟਿਕ ਸਰਜਰੀ ਕਰਨੀ ਪੈਂਦੀ ਹੈ। ਮਰਦ ਦਾ ਨੱਕ ਔਰਤ ਦੇ ਨੱਕ ਨਾਲੋਂ ਵੱਡਾ ਹੁੰਦਾ ਹੈ। ਇਸ ਨੂੰ ਸਹੀ ਆਕਾਰ ਦੇਣ ਲਈ ਸਾਨੂੰ ਰਾਈਨੋਪਲਾਸਟਿਕ ਸਰਜਰੀ ਕਰਨੀ ਪੈਂਦੀ ਹੈ। ਮਰਦਾਂ ਅਤੇ ਔਰਤਾਂ ਦੀ ਠੋਡੀ ਵਿੱਚ ਵੀ ਫਰਕ ਹੁੰਦਾ ਹੈ। ਇਸ ਨੂੰ ਬਦਲਣ ਲਈ ਅਸੀਂ ਜਬਾੜੇ ਦੀ ਸਰਜਰੀ ਕਰਦੇ ਹਾਂ। ਇੱਕ ਹੋਰ ਅਹਿਮ ਓਪਰੇਸ਼ਨ ਗਲੇ ਦਾ ਹੁੰਦਾ ਹੈ। ਮਰਦਾਂ ਦੇ ਗਲੇ ਵਿੱਚ ਐਡਮਸ ਐਪਲ ਹੁੰਦਾ ਹੈ, ਅਸੀਂ ਇਸ ਨੂੰ ਹਟਾ ਦਿੰਦੇ ਹਾਂ ਤਾਂ ਜੋ ਗਲਾ ਔਰਤ ਵਰਗਾ ਦਿਖਾਈ ਦੇਵੇ। ਨਾਲ ਹੀ ਵੋਇਸ ਬਾਕਸ ਯਾਨੀ ਕੰਠ ਵਿੱਚ ਬਦਲਾਵ ਕੀਤੇ ਜਾਂਦੇ ਹਨ ਤਾਂ ਜੋ ਓਪਰੇਸ਼ਨ ਤੋਂ ਬਾਅਦ ਵਿਅਕਤੀ ਦੀ ਆਵਾਜ਼ ਔਰਤ ਵਾਂਗ ਸੁਣਾਈ ਦੇਵੇ। ਬਾਅਦ ਵਿੱਚ ਸਰੀਰ ਤੋਂ ਦਾੜੀ ਅਤੇ ਹੋਰ ਅਣਚਾਹੇ ਵਾਲ ਹਟਾਉਣ ਲਈ ਲੇਜ਼ਰ ਸਰਜਰੀ ਕੀਤੀ ਜਾਂਦੀ ਹੈ। ਆਵਾਜ਼ ਜੋ ਪੁਰਸ਼ ਜੋ ਹੋਏ ਤਾਂ ਖਰਾਬ ਦਿਖਾਏ એટલે એ પણ કરી શકાય। એ ઉપરાંત દાઢી મૂછના વાળ છે લેઝર હેર રિમૂવલથી, આખા શરીરના વાળ લેઝર હેર રિમૂવલથી કાઢી શકાય છે।
ਮਾਰੋ ਇੱਕ ਮੈਸੇਜ ਹੈ ਅਨੇ ਪਣ ਅਨੇ ਹੂੰ ਇਚ ਕੇ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਕਿਸੇ ਟਰਾਂਸਜੈਂਡਰ ਨੂੰ ਦੇਖਦੇ ਹੋ ਤਾਂ ਉਸ ਵਿਅਕਤੀ ਦੀ ਪਛਾਣ ਦਾ ਸਨਮਾਨ ਕਰੋ। ਕਿਰਪਾ ਕਰਕੇ ਉਸ ਵਿਅਕਤੀ ਨੂੰ ਬੇਇੱਜ਼ਤ ਜਾਂ ਤੰਗ ਨਾ ਕਰੋ। ਤਮੇ ਨੇ ਮਾਨ ਆਪੋ ਨਾ ਕਿ ਤਮੇ ਨਹੀਂ ਬੇਇੱਜ਼ਤੀ ਕਰੋ ਕਿ ਤਮੇ ਕੋਈ ਨਾਮ ਥੀ ਚੀੜਾ ਹੋਏ ਨੇ।